بسم اللہ الرحمن الرحیم یا کنا بدو وی یا کنا استائیں السلام علیکم جی اللہ دے فجر نال اللہ دے کرم نال امید ہے ਤੁਸੀਂ بھی خیر و خیریت نال ہونگے اللہ تعالی تانوں بیماریاں تو پریشانیاں تو محفوظ رکھے آمین ਤੁਸੀਂ دیکھ دے پے اپنا یوٹیوب چینل ایگری کھانے وال 168 میں محمد عمران بھائی اج اپا تانوں کانک دکھاوندے پے ہیں جڑی کانک اپا بیجی سی اس دن میں چھٹا ماردا پیا سی گا او ماشاءاللہ اگر آئی ہے ਅੱਲਾ ਦੇ ਫਜ਼ਰ ਨਾਲ ਅੱਲਾ ਦੇ ਕਰਮ ਦੇ ਨਾਲ ਉਹ ਮੈਂ ਤੁਹਾਨੂੰ ਦਿਖਾਉਣਾ ਉਹਦਾ ਵਿਜ਼ਿਟ ਅੱਜ ਤੁਹਾਨੂੰ ਕਰਾਉਂਦਾ ਪਿਆ ਮੈਂ ਭਾਈ ਚੜ੍ਹਦੇ ਪੰਜਾਬ ਵਾਲਿਆਂ ਨੂੰ ਵੀ ਸਲਾਮ ਹੋ ਗਿਆ ਲਹਿੰਦੇ ਪੰਜਾਬ ਵਾਲਿਆਂ ਨੂੰ ਵੀ ਸਲਾਮ ਹੋ ਗਿਆ ਮੇਰੇ ਸਰਦਾਰ ਜੀ ਵੀਰ ਮੈਂ ਚੜ੍ਹਦੇ ਪੰਜਾਬ ਵਾਲੇ ਆ ਉਹਨਾਂ ਨੂੰ ਵੀ ਟੇਰ ਟੇਰ ਬੋਤਾ ਬੋਤਾ ਸਲਾਮ ਹੋ ਗਿਆ ਉਹਨਾਂ ਦੀਆਂ ਮੁਹੱਬਤਾਂ ਉਹਨਾਂ ਦਾ ਪਿਆਰ ਹੋ ਗਿਆ ਲਹਿੰਦੇ ਪੰਜਾਬ ਵਾਲਿਆਂ ਨੂੰ ਉਹਨਾਂ ਨੂੰ ਵੀ ਸਲਾਮ ਹੋ ਗਿਆ ਯੂਰਪ ਵਾਲਿਆਂ ਨੂੰ ਕੈਨੇਡਾ ਵਾਲੇ ਜਿਹੜੇ ਮੇਰੇ ਪਾਕਿਸਤਾਨ ਦੇ ਭਰਾ ਗੈਰ ਮੁਲਕ ਗਿਆ ਉਹਨਾਂ ਨੂੰ ਸਾਰਿਆਂ ਨੂੰ ਸਲਾਮ ਹੋ ਗਿਆ ਦਿਲੋਂ ਬਾਈ ਅੱਛਾ ਬਾਈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਲਾਈਕ ਕਰ ਲੋ ਫੋਲੋ ਕਰ ਲੋ ਕਮੈਂਟ ਦੇ ਵਿੱਚ ਸਲਾਦਾ 1000 ਲਾਜ਼ਮੀ ਦੱਸਿਓ ਹੁਣ ਮੈਂ ਤੁਹਾਨੂੰ ਕਣਕ ਦਿਖਾਉਣਾ ਜਿਹੜੀ ਆਪਣੀ ਕਣਕ ਬੀਜੀ ਹੋਈ ਆ ਜਿਹੜਾ ਉਦੋਂ ਮੈਂ ਛੱਟਾ ਮਾਰਦਾ ਸੀ ਤੇ ਉਹ ਤੁਹਾਨੂੰ ਕਣਕ ਦਿਖਾਉਣਾ ਵੀ ਉਹਦੀ ਖਰਾਕ ਵੀ ਦੱਸਦਾ ਔਰ ਦਿਖਾਉਣਾ ਵੀ ਕਿੱਡੀ ਕਿੱਡੀ ਮਾਸ਼ਾਅੱਲਾ ਹੋ ਗਈ ਅੱਛਾ ਜਿਹੜੇ ਮੇਰੇ ਭਰਾ ਮੇਰੇ ਦੋਸਤ ਮੇਰੇ ਵੀਰ ਮੇਰੇ ਮਿੱਤਰ ਮੇਰੀਆਂ ਨਵੀਆਂ ਵੀਡੀਓ ਦੇਖਦੇ ਹੋ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰਨ ਲਾਈਕ ਕਰਨ ਫੋਲੋ ਕਰਨ ਕਮੈਂਟ ਦੇ ਵਿੱਚ ਸਲਾਦ ਦਾ 1000 ਲਾਜ਼ਮੀ ਦੱਸਣ ਤੇ ਮੈਂ ਤੁਹਾਨੂੰ ਕਣਕ ਦਿਖਾਉਣਾ ਮੈਂ ਹਾਂ ਆ ਬਾਈ ਆਪਣੀ ਕਣਕ ਆ ਜਿਹੜੀ ਉਸ ਦਿਨ ਮੈਂ ਛੱਟਾ ਮਾਰਦਾ ਸੀਗਾ ਇਹ ਰੈਡੀ ਹੋ ਗਈ ਆ ਪਹਿਲੇ ਹੀ ਪਾਣੀ ਲੱਗਾ ਹੋਇਆ ਵਾ ਸੋਹਣਾ ਮਾਸ਼ਾਅੱਲਾ ਜਮਾ ਯਾਨੀ ਕਿ ਸੋਹਣੀ ਉਗਰ ਆਈ ਹੈ ਅੱਛਾ ਭਾਈ ਆਪਾਂ ਇਹਨੂੰ ਨਾ ਥੱਲੇ ਡੀਏਪੀ ਦੀ ਇੱਕ ਬੋਰੀ ਪਾਈ ਆ ਯਾਨੀ ਕਿ ਵਾਣ ਦੇ ਵਿੱਚ ਹੀ ਨਾ ਸੁਹਾਗਾ ਮਾਰ ਕੇ ਪਹਿਲੇ ਰੂਟਾ ਵਾਟਰ ਮਾਰਿਆ ਸੀ ਜ਼ਮੀਨ ਨੂੰ ਰੂਟਾ ਵਾਟਰ ਮਾਰ ਕੇ ਕਰਾਇਆ ਮਾਰਿਆ ਸੀ ਕਰਾਇਆ ਮਾਰ ਕੇ ਹਾਲ ਹੜਾਨੇ ਦੀ ਦੋਰ ਲਾਈ ਆ ਦੋਰ ਲਾ ਕੇ ਉਸ ਤੋਂ ਬਾਅਦ ਸਵਾਗਮ ਆਰ ਦਿੱਤਾ ਸਵਾਗਮ ਆਰ ਕੇ ਡੀਏਪੀ ਦੀ ਬੋਰੀ ਪਾ ਦਿੱਤੀ ਆਪਾਂ ਇਹਨੂੰ ਡੀਏਪੀ ਦੀ ਬੋਰੀ ਪਾ ਕੇ ਪਾਣੀ ਲਾ ਕੇ ਉਤੋਂ ਕਾਣਕ ਦਾ ਛੱਟਾ ਮਾਰ ਦਿੱਤਾ ਬੀ ਦਾ ਤੇ ਮਾਸ਼ਾਅੱਲਾ ਜਮ ਵੀ ਸੋਹਣਾ ਮਾ ਟੋਰਾ ਵੀ ਸੋਹਣਾ ਮਾ ਸੋਹਣਾ ਮਾਸ਼ਾਅੱਲਾ ਪੌਦਾ ਬਣਉਂਦੀ ਹੁੰਦੀ ਆ ਸੋਹਣੀ ਮਾਸ਼ਾਅੱਲਾ ਦੁਆ ਕਰਿਓ ਲਮੀਂ ਕਿਸਮਤ ਚ ਕਰੇ ਆਪਾਂ ਇਹਨੂੰ ਬਾਈ ਕਿੱਲਾ ਬੋਰੀ ਡੀਏਪੀ ਪਾਈ ਸੀ ਤੇ ਕਈ ਮੇਰੇ ਭਰਾ ਮੇਰੇ ਦੋਸਤ ਜ਼ਿੰਮੇਦਾਰ ਭਰਾ ਜਿਹੜੇ ਆ ਉਹ ਨਾਈਟਰੋ ਵੀ ਪਾਉਂਦੇ ਆ ਕਿੱਲੇ ਨੂੰ ਬੋਰੀ ਇੱਕ ਦਫਾ ਪਾ ਲੈਂਦੇ ਆ ਫਿਰ ਕਿੱਲੇ ਨੂੰ ਬੋਰੀ ਇੱਕ ਦਫਾ ਪਾ ਲੈਂਦੇ ਨਾਈਟਰੋ ਦਾ ਉਹਦਾ ਵੀ ਫਿਰ ਫਾਇਦਾ ਕੋਈ ਨਹੀਂ ਗਾ ਜਾਂ ਤਾਂ ਵਿੱਗਾ ਬੋਰੀ ਇੱਕੋ ਦਫਾ ਹੀ ਤੁਸੀਂ ਕਰ ਦਵੋ ਯਾਨੀ ਕਿ ਵੀ ਵਿੱਗੇ ਨੂੰ ਬੋਰੀ ਕੀਤੀ ਹੈ ਉਹ ਮੈਂ ਨਹੀਂ ਪੈਂਦੀ ਮੈਂ ਜੀ ਯਾਨੀ ਕਿ ਜਿੱਦਾਂ ਵਾਂਡ ਚ ਮੈਂ ਪਾਈ ਆ ਇਸ ਤਰੀਕੇ ਨਹੀਂ ਤੁਹਾਡੇ ਕੋਲ ਪੈਂਦੀ ਖਾਦ ਨਾ ਪਾਓ ਕੋਈ ਗੱਲ ਨਹੀਂ ਤੁਸੀਂ 20 ਦਾ ਛੱਟਾ ਮਾਰ ਕੇ ਜੋ ਦੂਜਾ ਪਾਣੀ ਲੱਗਣਾ ਉਹਦਾ ਵਿੱਗਾ ਬੋਰੀ ਕੱਲੀ ਨਾਈਟਰੋ ਪਾ ਦਿਓ ਉਹ ਵੀ ਮਾਸ਼ਾਅੱਲਾ ਕਣਕ ਸਹੀ ਉਸ ਤੇ ਦੇ ਜਾਂਦੀ ਆ 60 ਤੋਂ 65 ਮਾਨ ਦੀ ਐਵਰੇਜ ਕੱਢ ਜਾਂਦੀ ਆ ਬਾਕੀ ਜਿੰਨਾ ਖਰਚਾ ਕੀਤੀ ਜੋ ਉਹ ਨਹੀਂ ਉਹ ਇਹ ਆ ਕਿ ਯੂਰੀਆ ਘੱਟ ਇਸਤੇਮਾਲ ਕਰੋ ਡੀਏਪੀ ਜਾਂ ਨਾਈਟ੍ਰੋ ਜਿਹੜੀ ਆ ਉਹ ਤੁਸੀਂ ਜ਼ਿਆਦਾ ਇਸਤੇਮਾਲ ਕਰੋ ਤੇ ਬਾਕੀ ਮੇਰੇ ਭਰਾ ਮੇਰੇ ਦੋਸਤ ਜਿਹੜੇ ਆ ਜ਼ਰਾਇਤ ਮਹਿਕ ਵਾਲੇ ਉਹ ਤਾਂ ਬਥੇਰਾ ਕੁਝ ਕਹਿ ਦਿੰਦੇ ਕਿ ਤੁਸੀਂ ਫਲਾਨੀ ਸ਼ੈ ਪਾ ਦਿਓ ਫਲਾਨੀ ਸ਼ੈ ਪਾ ਦਿਓ ਫਲਾਨੀ ਸ਼ੈ ਬਾਈ ਕੋਈ ਕਿਸੇ ਦੇ ਪਿੱਛੇ ਲੱਗਣ ਦਾ ਫਾਇਦਾ ਕੋਈ ਨਹੀਂਗਾ ਆਪ ਦੇ ਤੁਸੀਂ ਜ਼ਿਹਨ ਨਾਲ ਆਪ ਦੇ مشورے ਨਾਲ ਚਲੋ ਤੇ ਆਪ ਦੀ ਜ਼ਮੀਨ ਦਾ حساب کتاب ਦੇਖੋ ਕਿ ਪੱਕੇ ਵਾਟ ਦੀ ਹੈ ਜਾਂ ਕੱਚੇ ਵਾਟ ਦੀ ਹੈ ਉਸ ਹਿਸਾਬ ਨਾਲ ਹੀ ਤੁਸੀਂ ਇਹਨੂੰ ਇਹਦੇ ਤੇ ਖਰਚਾ ਕਰੋ ਤੇ ਜਿਹੜਾ ਕੋਈ ਕਹਿ ਦਿੰਦਾ ਹੈ ਵਗੈਰਾ ਜ਼ਰਾਇਤ ਮਹਿਕਮਾ ਇਹਨੂੰ ਪਾ ਦਿਓ ਜੀ ਜ਼ਿੰਕ ਪਾ ਦਿਓ ਇਹਨੂੰ ਪਾ ਦਿਓ ਜੀ ਹੁਣ ਤੁਸੀਂ ਪोटाश ਪਾ ਦਿਓ ਨਜਾਇਜ਼ੀ ਤਕਰੀਬਨ ਖਰਚੇ ਹੋ ਜਾਂਦੇ ਆ ਉਹ ਐਂਡ ਤੇ ਜਾ ਕੇ ਕਰਨੇ ਪੈਂਦੇ ਆ ਹੁਣ ਇਸ ਮਰਲੇ ਚ ਜਿੱਥੇ ਹੁਣ ਇਸ ਟਾਈਮ ਆਪਣੀ ਕਾਨਕਾ ਇੱਥੇ ਕੋਈ ਵੀ ਇੱਥੇ ਜਿਹੜੀ ਖਾਦ ਪੈਣੀ ਆ ਨੈਟਰੋ ਪਾਣੀ ਉਹ ਪਾ ਦੋ ਡੀਏਪੀ ਪਾਣੀ ਤੇ ਉਹ ਪਾ ਦੋ ਤੇ ਬਾਈ ਜੀ ਆਪਣਾ ਖਿਆਲ ਰੱਖਿਓ ਦੁਆਵਾਂ ਚ ਮੈਨੂੰ ਯਾਦ ਰੱਖਿਓ ਅੱਲਾਹ ਹਾਫਿਜ਼